ਸਤਿ ਸ਼੍ਰੀ ਅਕਾਲ ਜੀ, ਅਸੀਂ ਲਾਈਵ ਹਾਂ ਹੁਣ। ਸੋਰੀ, ਐਕਚੁਅਲੀ ਮੈਂ ਫੰਕਸ਼ਨ 'ਤੇ ਜਾ ਰਹੀ ਸੀ ਅਤੇ ਮੈਂ ਪੂਰਾ ਤਿਆਰ ਹਾਂ। ਪਹਿਲਾਂ ਤਾਂ ਥੈਂਕ ਯੂ ਸੋ ਮੱਚ ਹਾਈ ਸਟੈਂਡਰਡ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ, ਇੰਨਾ ਜ਼ਿਆਦਾ। ਮੈਂ ਟੋਟਲੀ ਫੇਕ ਵਿਊਜ਼ ਦੇ ਖਿਲਾਫ ਸੀਗੀ, ਟੋਟਲੀ। ਔਰ ਜਦੋਂ ਅੱਜ ਬੰਟੀ ਜੀ ਦਾ ਫੋਨ ਆਇਆ ਕਿ ਅਸੀਂ ਜਿਵੇਂ ਇੰਨੇ ਕੁ ਜ਼ਿਆਦਾ ਖੁਸ਼ ਹਾਂ ਕਿ ਮਤਲਬ 1% ਵੀ ਨਾ ਕੋਈ ਐਡ ਨਾ ਕੁਛ ਹੋਰ, ਜਸਟ ਅਸੀਂ ਜਿਹੜੀ ਥੋੜ੍ਹੀ ਬਹੁਤ ਪ੍ਰਮੋਸ਼ਨ ਕੀਤੀ ਆ, ਹੈ ਨਾ, ਮੈਨੂੰ ਇੰਨੀ ਕੁ ਜ਼ਿਆਦਾ ਸ਼ੇਅਰਿੰਗ ਹੋਈ ਆ, ਇੰਨੀ ਕੁ ਜ਼ਿਆਦਾ ਸ਼ੇਅਰਿੰਗ ਹੋਈ ਆ। ਜਿਹੜੇ ਮੀਡੀਆ ਪੇਜਿਸ ਹੁੰਦੇ ਨੇ, ਜਿਹੜੇ ਹੋਰ ਇੰਨੇ ਜ਼ਿਆਦਾ ਪੇਜਿਸ ਹੁੰਦੇ ਨੇ, ਹੈ ਨਾ, ਉਹਨਾਂ ਤੋਂ ਇੰਨੀ ਕੁ ਜ਼ਿਆਦਾ ਸ਼ੇਅਰਿੰਗ ਹੋਈ ਆ ਕਿ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਪਈ ਹੈਗੀ। ਅਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਨੂੰ, ਇੰਨੀ ਕੁ ਜ਼ਿਆਦਾ ਖੁਸ਼ੀ ਹੋਈ, ਮੇਰੀ ਮਿਹਨਤ ਸੀਗੀ ਬਹੁਤ ਜ਼ਿਆਦਾ। ਅਤੇ ਬਾਕੀ ਰਹੀ ਗੱਲ, ਜੇ ਕੋਈ ਕਮੀ ਰਹਿ ਗਈ ਹੋਊਗੀ ਐਜ਼ ਅ ਇੰਡੀਵਿਜੂਅਲ, ਮੈਂ ਇਕੱਲੀ ਨੇ ਸਾਰਾ ਕੁਛ ਕੀਤਾ ਸੀਗਾ ਅਤੇ ਬਾਅਦ 'ਚ ਫਿਰ ਥੋੜ੍ਹਾ ਜਿਹਾ ਕਾਫਿਲਾ ਜੁੜਿਆ, ਵਨ ਡਿਜੀਟਲ, ਗੁਰਪ੍ਰੀਤ ਖੇਤਲਾ ਜੀ ਅਤੇ ਬੰਟੀ ਬੈਂਸ ਜੀ, ਅਤੇ ਜਿਵੇਂ ਬਾਅਦ 'ਚ ਜੁੜੇ ਅਤੇ ਉਹਨਾਂ ਨੇ ਸਫਲ ਬਣਾਇਆ, ਹੈ ਨਾ। ਅਤੇ ਐਵੈਕਸ ਅਤੇ ਫਾਈਨਲੀ ਜਿਵੇਂ ਉਹਨੂੰ ਰਿਲੀਜ਼ ਹੋਇਆ, ਹੈ ਨਾ। ਬਟ ਮੈਨੂੰ ਪਤਾ ਆ ਕਿੰਨੀ ਪ੍ਰੋਬਲਮਸ ਕ੍ਰੀਏਟ ਹੋ,